ਬਦਾਮ ਨਾਲ ਖੱਟਾ ਬੋਲੇ ਬੋਲੇ ਮੂਲੇ ਵਾਲੇ ਪਰੌਠੇ ਕਿਆ ਬਾਤ ਹੈ। ਅੱਜ ਦੂਜੇ ਦਿਨ ਆਪਣਾ ਗੁਰਦੁਆਰੇ ਸਾਡਾ ਉਸਤਾਦ ਜੀ ਖੋਰ ਆ ਗਿਆ, ਲੰਗਰ ਛਕਣ ਪਹੁੰਚ ਗਏ ਨੇ ਚੋਬਰ ਸਿੰਘ। ਗੁੱਡ ਮਾਰਨਿੰਗ ਭਾਅ ਜੀ। ਗੁੱਡ ਮਾਰਨਿੰਗ, ਕਿੱਦਾਂ ਹਾਲ ਚਾਲ? ਫਿਰ ਅੱਦੂ ਆ ਖੜੇ ਮਸਤ ਮਲੰਗ ਸਾਡੇ ਕੋਲ, ਅਸੀਂ ਲੰਗਰ ਛਾਕ ਲਿਆ ਆ ਅਤੇ ਸਾਡਾ ਚੋਬਰ ਹੈ ਗਿਆ ਲੰਗਰ ਛਕਣ ਵਾਲਾ। ਮੈਂ ਹਲਦੇ ਅੱਗੇ ਹਾਂ। ਅਸੀਂ ਲੈਣੇ ਸੀਗੇ ਪਕੌੜੇ 2 ਕਿਲੋ ਅਤੇ ਕਹਿੰਦੇ ਦਾਲ ਸਬਜ਼ੀ ਬਣਾਉਣੀ ਆ, ਚਾਚੇ ਉਹਨਾਂ ਨੇ ਆਰਡਰ ਲਾਇਆ ਸੀਗਾ ਅਤੇ ਲੈਂਦੇ ਹਾਂ ਪਕੌੜੇ ਆ ਗਏ। ਮਤਲਬ ਇਹੀ ਪਿੰਡ ਦਾ ਸਾਲ ਹੈ ਨਾ। ਠੀਕ ਹੈ, ਆਪਣੀ ਦੁਕਾਨ ਉੱਧਰ ਵੀ ਚਲ ਗਈ ਤਾਂ ਰੋਡ ਤੇ ਹੈਗੀ ਹੈ ਨਾ ਉੱਥੇ। ਇਹ ਆ ਸਾਡੇ ਫਲੋਰ ਦੇ ਫਾਟਕ, ਜ਼ਿਆਦਾਤਰ ਲੱਗੇ ਮਿਲਦੇ, ਖੁੱਲ੍ਹੇ ਖਾਲੇ ਘੱਟੇ ਸਾਨੂੰ ਮਿਲਦੇ ਨੇ। ਲਓ ਜੀ ਧਨੀਆ ਵੀ ਲੈ ਲਿਆ ਅਤੇ ਆਹ ਪਰਫੈਂਡ ਲੈ ਲਈ ਆ ਅਤੇ ਆਹ ਹੋ ਗਿਆ ਆਪਣੇ ਪਕੌੜੇ। ਹੁਣ ਪੀਵਾਂਗੇ ਰਸ ਅਸੀਂ 2 ਗਲਾਸ। ਖੇਲੇ ਆ ਗਿਆ ਅਤੇ ਵਰਤਾਵਾਂ ਵੀ ਸਾਂਦਾ ਯਾਰ। ਚਾਚਾ ਜੀ ਚੱਕੀਏ ਫਿਰ, ਉਹ ਟੱਬ ਲੈ ਆਉਂਦਾ, ਟੱਬ ਲੈ ਗਿਆ ਜੀ। ਕਿੱਥੇ ਆ ਟੱਬ ਲਿਆ? ਓਏ ਕੇਲੇ ਚੱਕ ਲਈਏ, ਇੰਨੀ ਦਾ ਮਜ਼ਾਕ। ਫੀਨ ਵਾਲੇ ਕਹਿਣਾ ਚੱਲ ਆ ਲੱਗੇ ਆ ਮੁੰਡੇ ਕੰਮ ਕਰਨ। ਹਾਂ ਦੇ ਆਪਣੇ ਬਲੌਗਰ ਸਾਹਿਬ, ਬਲੌਗਰ ਸਾਹਿਬ ਕੀ ਕਰ ਰਹੇ? ਵਿਹਲੇ ਬੈਠੇ ਨੇ ਸਰ ਜੀ। ਆ ਗਏ ਨਗਰ ਕੀਰਤਨ ਆ ਗਿਆ, ਜਾਨ ਹੀ ਬਹੁਤ ਆ ਮੁੰਡੇ ਚ। ਖਿੱਚ ਕੇ ਰੱਖ ਕੰਮ, ਗੱਡੀ ਫਟਾਫਟ ਬਾਹਰ ਕੱਢ ਲੈ।
ਪਾਲੀ ਜਾਣ ਲਈ ਫਿਰਦੇ ਸੀ ਉਹ ਇੰਨਾ ਪ੍ਰੇਮ ਮੁਹੱਬਤ ਕਹਿਣਾ ਮੈਂ ਦੇਖਿਆ ਇੰਨਾ ਕਿਸੇ ਦਾ ਹੈ ਨੀ ਜਿੰਨਾ ਉੱਥੇ ਨੀ ਕਹਿ ਸਕਦੇ ਕਿ ਬਾਬਾ